ਤੁਸੀਂ ਤਾਂ ਇਕੱਲੀ ਡਿਮਾਂਡ ਦੇਖ ਲਈ, ਕੋਠੀ ਨਹੀਂ ਵੇਖੀ ਕਿੱਡੀ ਵੱਡੀ ਕੋਠੀ ਹੈ, ਮੁੰਡਾ ਹੀਰਾ ਗਾ ਹੀਰਾ ਗਾ। ਹੋਰ ਭਾਈ ਸਾਹਿਬ, ਇੰਨੀ ਮਹਿੰਗਾਈ 'ਚ ਅੱਜ ਕੱਲ੍ਹ ਪੜ੍ਹਨਾ ਵਾਹਵਾ ਔਖਾ ਹੈ। ਉਹ ਸੋਚਦਾ ਕੀ ਆ ਬਾਪੂ, ਲਾ ਵਿਚੋਲੇ ਨੂੰ ਫੋਨ ਤੇ ਬੁਲਾ ਇੱਥੇ। ਵਾਹਿਗੁਰੂ ਦੀ ਕਿਰਪਾ ਨਾਲ ਗਾਹਕ ਹੀ ਬਹੁਤ ਆਉਂਦੇ ਨੇਗੇ। ਕੀ ਨੌਕਰੀ ਕਰਦਾ ਬਾਈ? ਮੈਂ ਜੀ ਇਹ ਜੀ ਪਟਵਾਰੀ ਲੱਗਿਆ ਸਰਕਾਰੀ। ਤੁਹਾਡੀ ਵੱਡੀ ਨੂੰ ਉਹ ਕਿੱਥੇ ਆ? ਉਹਦਾ ਨਾ ਕੇਸ ਖਰਾਬ ਹੋ ਗਿਆ ਸੀ, ਤਾਂ ਕਰਕੇ ਉਹ ਵਿਆਹ 'ਚ ਨਹੀਂ ਆ ਸਕੀ। ਅਸੀਂ ਤਾਂ ਬਥੇਰਾ ਕਿਹਾ ਸੀ ਵੀ ਤੂੰ ਆ ਜਾ ਆ ਜਾ, ਪਰ ਉਹ ਮੰਨੀ ਉਹ ਨਹੀਂ ਹੈਗੀ। ਉਹਨੇ ਨਾ ਟੈਨਸ਼ਨ ਜੀ ਉਬਾਲੀ ਲੈ ਰੱਖੀ ਹੈ। ਬਾਪੂ ਜੀ ਤੁਸੀਂ ਮੈਨੂੰ ਦੀਦੀ ਦਾ ਨੰਬਰ ਦਿਓ, ਮੈਂ ਫੋਨ ਕਰਦੀ ਹਾਂ ਉਹਨਾਂ ਨੂੰ। ਨਹੀਂ ਨਹੀਂ, ਜਿੰਨਾ ਚਿਰ ਵੱਡੀ ਭਾਬੀ ਨਹੀਂ ਆਉਂਦੀ ਉਹਨਾਂ ਚਿਰ ਵਿਆਹ ਕਿਵੇਂ ਹੋ ਸਕਦਾ? ਮੈਨੂੰ ਤਾਂ ਆਪਣੀ ਜਠਾਣੀ ਦਾ ਇੰਨਾ ਚਾਅ ਸੀ, ਜੇ ਉਹੀ ਵਿਆਹ 'ਚ ਨਾ ਆਏ ਫਿਰ ਵਿਆਹ ਕਾਹਦਾ। ਬਾਪੂ ਜੀ ਜੇ ਦੀਦੀ ਨਹੀਂ ਮੰਨਦੇ ਚਲੋ ਮੈਂ ਚੱਲਦੀ ਹਾਂ ਤੁਹਾਡੇ ਨਾਲ, ਆਪਾਂ ਮਨਾ ਕੇ ਲੈ ਕੇ ਆਵਾਂਗੇ ਦੀਦੀ। ਧੀਏ ਐਂ ਨਹੀਂ ਕਰੀਦਾ ਹੁੰਦਾ, ਵਿਆਹ ਦੀਆਂ ਰਸਮਾਂ ਨੂੰ ਭਲਾ ਕੋਈ ਰੋਕਦਾ ਹੁੰਦਾ? ਚਲੋ ਰਸਮਾਂ ਸ਼ੁਰੂ ਕਰੀਏ, ਨਾਲੇ ਪਾਲੀ ਦਾ ਕੀ ਹੈ, ਅੱਜ ਨਹੀਂ ਤਾਂ ਕੱਲ੍ਹ ਉਹਨੇ ਤਾਂ ਆ ਹੀ ਜਾਣਾ। ਨਹੀਂ ਨਹੀਂ ਮੰਮੀ ਜੀ, ਦਿਓਰ ਦਾ ਵਿਆਹ ਹੋਵੇ ਤੇ ਵੱਡੀ ਭਾਬੀ ਨਾ ਹੋਵੇ ਚੰਗਾ ਥੋੜੀ ਲੱਗਦਾ। ਮਾਸੀ ਜੀ ਮੇਰੀ ਭੈਣ ਸਹੀ ਕਹਿ ਰਹੀ ਆ, ਤੁਸੀਂ ਆਪਣੀ ਵੱਡੀ ਨੂੰ ਬੁਲਾਓ, ਇਹ ਵਿਆਹ ਕਰਨ ਨਿੱਤ ਨਿੱਤ ਹੁੰਦੇ ਨਾਲੇ। ਉਹ ਪੁੱਤ ਫੋਨ ਕਾਹਦੇ ਲਈ ਕਰਨਾ, ਫੋਨ ਦੇ ਤਾਂ ਉਹਨੇ ਮਨਾ ਹੀ ਕਰ ਦੇਣਾ ਗਾ। ਐਂ ਕਰਦੇ ਹਾਂ ਅਸੀਂ ਜਾ ਕੇ ਲੈ ਹੀ ਆਉਂਦੇ ਹਾਂ, ਕਿਉਂ ਗੁਰੀ ਪੁੱਤ ਚੱਲੀਏ ਆਪਾਂ? ਹਾਂ ਬਾਪੂ ਚੱਲਦੇ। ਮੈਂ ਕਿਹਾ ਜੀ ਮੇਰੀ ਗੱਲ ਸੁਣੋ, ਆਇਆ ਪੁੱਤ ਬਾਰੇ ਆਓ ਮੜਾ ਜਾ। ਚੱਲ ਆਉਣੇ ਪੁੱਤ ਅਸੀਂ। ਨਾਲੇ ਦੇਖ ਲੂੰਗੀ ਆਜੂਗੀ ਉਹ। ਹੋਰ ਕੋਈ ਹੱਲ ਹੈਗਾ ਵੀ ਸੀ? ਚੱਲ ਗੁਰੀ ਪਤਾ ਆਪਾਂ ਚੱਲੀਏ। ਉਹ ਕਿੱਥੇ ਚੱਲੀਏ, ਮੈਂ ਮੂੰਹ ਨੀ ਜਾਂਦਾ ਜੁੰਦਾ ਹੈਗਾ। ਉਹ ਨਾਲੇ ਇੱਕ ਗੱਲ ਹੋਰ, ਜੇ ਉਹਨੇ ਆਉਣਾ ਵੀ ਹੋਇਆ ਨਾ ਮੇਰੇ ਨਾਲ ਤਾਂ ਉਹ ਪੈਸੇ ਵੀ ਨਹੀਂ ਆਉਂਦੀ। ਤੂੰ ਬੇਬੇ ਨੂੰ ਲੈ ਜਾ ਨਾਲ, ਮੈਂ ਨਹੀਂ ਜਾਂਦਾ ਹੈਗਾ। ਆਹੋ ਲੈ ਜਾ ਬੇਬੇ ਨੂੰ, ਨਾ ਬੇਬੇ ਫਾਲਤੂ ਦੀ ਬੇਇੱਜ਼ਤੀ ਕਰਾਉਣ ਨੂੰ, ਹੱਦ ਕਰਤੀ ਜਮੀ। ਉਹ ਜੇ ਮਾੜੀ ਜਿਹੀ ਬੇਇੱਜ਼ਤੀ ਕਰਾਉਣ ਨਾਲ ਘਰੇ ਲੱਖ ਸਵਾ ਲੱਖ ਰੁਪਇਆ ਆਉਂਦਾ ਫਿਰ ਕੀ ਹੁੰਦਾ? ਫਿਰ ਬੇਇੱਜ਼ਤੀ ਉਹ ਚੰਗੀ ਆ, ਉਹ ਵੀ ਤਾਂ ਭੁੱਖੇ ਮਰਦੇ ਫਿਰਦੇ ਆ। ਕੀ ਕਿਹਾ ਤੁਸੀਂ, ਲੱਖ ਸਵਾ ਲੱਖ? ਨਾ ਹਰਮਨ ਦੀ ਤਨਖਾਹ ਤਾਂ 60,000 ਹੈ। ਓਏ ਹਰਮਨ ਦੀ ਤਨਖਾਹ ਤਾਂ 60,000 ਆ, ਪਾਲੀ ਦੀ ਤਨਖਾਹ ਤੂੰ ਭੁੱਲ ਗਈ? ਤਲਾਕ ਉਹ ਇਹਨੂੰ ਦਿੰਦੀ ਨਹੀਂ ਪਈ ਤੇ ਦੁਕਾਨ ਇਹਦੀ ਚੱਲਦੀ ਨਹੀਂ ਪਈ ਤੇ ਹੋਰ ਮੇਰੇ ਤੋਂ ਕੋਈ ਮੁਰਗੀ ਫਸਦੀ ਨਹੀਂ ਪਈ। ਹਾਂ ਬੇਬੇ ਬਾਪੂ ਸਹੀ ਕਹਿੰਦਾ ਗਾ, ਤੁਸੀਂ ਇਹਨੂੰ ਮੋਸ਼ਨਾ ਡਰਾਮੇ ਨਾਲ ਹੀ ਇੱਥੇ ਲਿਆਓ, ਘੱਟੋ ਘੱਟ ਉਹ ਆ ਤਾਂ ਜਾਊਗੀ। ਆਹੋ ਮੰਨ ਜਾਣਾ ਉਹਨੇ ਨਾ, ਹੁਣ ਤੂੰ ਉਹਨੂੰ ਮਨਾਉਣ ਨੂੰ ਫਿਰਦਾ, ਉਹਦਾ ਤਾਂ ਉਹਦੀ ਕਦਰ ਪਾਈ ਨਹੀਂ ਹੈਗੀ। ਮੈਂ ਤੈਨੂੰ ਬਥੇਰਾ ਸਮਝਾਇਆ ਬਥੇਰਾ ਸਮਝਾਇਆ, ਮੇਰੀ ਤੂੰ ਇੱਕ ਨਹੀਂ ਮੰਨੀ ਹੈਗੀ। ਚੰਗੀ ਭਲੀ ਭੋਲੀ ਭਾਲੀ ਸਰਕਾਰੀ ਨੌਕਰੀ ਵਾਲੀ ਨੂੰ ਹੱਥੋਂ ਗਵਾਤੀ। ਚਲੋ ਹੁਣ ਜਾਣਾ ਹੀ ਪੈਣਾ, ਹੋਰ ਕੋਈ ਰਸਤਾ ਹੋਏ ਵੀ ਨੀ। ਚਲ ਠੀਕ ਆ। ਕੀ ਕਰਦਾ ਸੀ ਬਾਪੂ? ਆ ਜਾ ਬੈਠ।
ਬਸ ਬੈਠਿਆ ਸੀ ਪੁੱਤ। ਅੱਛਾ, ਮੈਂ ਤਾਂ ਇਹ ਕਹਿੰਦਾ ਸੀ ਤੈਨੂੰ ਤੂੰ ਖੇਤ ਚੱਕਰ ਮਾਰਿਆ ਆਉਂਦਾ, ਮਾੜਾ ਮਾੜਾ ਦੇਖ ਲੈਂਦਾ ਫਸਲ ਨੂੰ। ਹੁਣ ਇੱਕ ਪਾਣੀ ਲੱਗਣਾ, ਥੋੜਾ ਥੋੜਾ ਪਾਣੀ ਲਾ ਦੇ ਹਲਕਾ ਹਲਕਾ ਜਾ ਕੇ। ਹਾਂ ਕੋਈ ਨਾ, ਮੈਂ ਜਾਇਆ, ਤੁਸੀਂ ਮੇਰੇ ਨਾਲ ਹੀ ਬਾਗ ਚੱਲੋ ਆਪਾਂ। ਨਹੀਂ ਉਹ ਮੇਰੇ ਯਾਰ ਤੂੰ ਕੱਲੀ ਜਾਇਆ, ਮੈਨੂੰ ਕਾਹਨੂੰ ਉੱਥੇ ਖਿੱਚੇਗਾ। ਪਰ ਮੈਂ ਚੱਲ ਪੈਣੀ ਉੱਥੇ, ਮੰਜੇ ਤੇ ਪੈ ਜੂੰਗਾ, ਹੋਰ ਕੀ ਹੈ। ਨਾਲੇ ਬਾਕੀ ਫਸਲ ਫੁਸਲ ਦਾ ਵੱਧ ਤਾਂ ਇੰਨੀ ਵਾਰ ਆਪੂ, ਮੈਨੂੰ ਤਾਂ ਇੰਨੀ ਘੱਟ ਹੀ ਨੌਲੇਜ, ਦੇਖ ਲਈ ਕਦੇ ਸੁੰਜੀ ਚਾਂਡੀ ਪੈ ਰਹੀ ਹੁੰਦੀ ਹੈ ਕਈ ਵਾਰੀ। ਆਹ ਚੱਲ ਤੇਲਾ ਤੁਲਾ ਵੀ ਗੌਰ ਨਾਲ ਦੇਖ ਲਾਂਗੇ ਨਾ, ਤੇਲਾ ਲੱਗ ਜਾਂਦਾ ਆ ਟਾਈਮ ਦੇ ਵਿੱਚ ਆ ਕੇ। ਬਸ ਹੁਣ ਤਾਂ ਸੁੱਖ, ਕਹਿੰਦੇ ਮਾਲਕ ਸੁੱਖ ਰੱਖੇ, ਆਹੀ 15-20 ਦਿਨ ਨੇ ਫਸਲ ਦੀ ਤੇ ਸਤਿਗੁਰ ਕੋਈ ਝੱਖੜ ਝੋਲਾਂ ਤੋਂ ਬਚਾ ਕੇ ਰੱਖੇ ਹੈ ਨਾ। ਹਾਂ ਹਾਂ ਹੁਣ ਤਾਂ ਮੌਸਮ ਠੀਕ ਹੈ, ਬਾਕੀ ਮੈਂ ਨੈਟ ਤੇ ਦੇਖਿਆ ਸੀ ਮੌਸਮ ਠੀਕ ਹੈ। ਹੁਣ ਜਿਹੜੇ ਵਿਚਾਰੇ ਠੇਕਿਆਂ ਤੇ ਲੈਂਦੇ ਨੇ ਉਹਨਾਂ ਦਾ ਕੀ ਬਣਦਾ, ਇੰਨੇ ਨੇ ਠੇਕੇ ਦੇ ਕੇ, ਇਹ ਤਾਂ ਹੁਣ ਜਾਣਦੀ ਹੈਗੇ। ਹੁਣ ਜਿਹੜੇ ਉਧਰ ਜਲੰਧਰ ਏਰੀਏ ਦੇ ਬੰਦੇ ਨੇਗੇ ਆਪ ਤਾਂ ਉਹ ਬਾਹਰੇ ਗਏ ਹੁੰਦੇਗਾ, ਆਪਣੇ ਇਧਰੋਂ ਸੰਗਰੂਰ ਜ਼ਿਲ੍ਹੇ ਚ ਬਹੁਤ ਜਾ ਕੇ ਜ਼ਮੀਨਾਂ ਲੈਂਦੇ ਆ ਠੇਕੇ ਦੇ, ਉਹਨਾਂ ਦਾ ਵਿਚਾਰਿਆਂ ਦਾ ਬੁਰਾ ਹਾਲ ਆ ਗਿਆ। ਓਹੋ, ਇੱਥੋਂ ਜਾਂਦੇ ਨੇ ਉੱਥੇ ਜਾ ਕੇ ਜ਼ਮੀਨਾਂ ਲੈਂਦੇ ਆ, ਭਲਾ ਹੋ ਗਈ ਔਰ ਫਸਲ ਨਾ ਜ਼ਮੀਨ ਖਰਾਬ ਹੋ ਗਿਆ। ਓਹੋ ਹੋ, ਚਲੋ ਭਾਈ ਆਪਣੇ ਤਾਂ ਸੁੱਖ ਰੱਖੇ ਵਾਹਿਗੁਰੂ ਹੈ ਨਾ। ਬੰਟੀ ਸਾਹਿਬ ਤੇ ਵਕੀਲ ਕੀ ਕਹਿੰਦਾ ਪੁੱਤ? ਉਹ ਵਕੀਲ ਨੇ ਬਾਪੂ ਕੀ ਕਹਿਣਾ, ਵਕੀਲ ਤਾਂ ਉਹੀ ਕਹਿੰਦਾ, ਕਹਿੰਦਾ ਵੀ ਦੇ ਲੈ ਕੇ ਨਮੇੜ ਲਓ, ਪਰ ਹੁਣ ਇਹ ਆਪਣੇ ਲਈ ਪਾਲੀ ਨਹੀਂ ਮੰਨਦੀ, ਇਹਦਾ ਕਹਿੰਦੀ ਮੈਂ ਲਮਕਾ ਕੇ ਰੱਖੋ ਉਹਨਾਂ ਨੂੰ, ਕਹਿੰਦੀ ਮੈਂ ਨਹੀਂ ਪੈਸੇ ਪੁੱਛ ਲੈਂਦੀ ਹੈਗੀ, ਦੱਸ ਕੀ ਕਰੀਏ। ਕਮਲੀ ਹੈ ਪਰ ਉਹਨਾਂ ਤੋਂ ਇੱਕ ਪਾਸਾ ਕਰੇ। ਲਾਇਆ ਉਹ ਆ ਗਈ। ਆ ਗਈ, ਲੈ ਆ ਜਾ ਪੁੱਤ ਆ ਜਾ, ਤੇਰੀਆਂ ਗੱਲਾਂ ਕਰੀ ਜਾਂਦੇ ਸੀਗੇ। ਕਰੇ ਡਿਊਟੀ ਮੇਰੀਆਂ ਗੱਲਾਂ ਕਾਦੀਆਂ ਕਰਨੀਆਂ, ਤੁਸੀਂ ਵਿਆਹ ਬਾਰੇ ਗੱਲਾਂ ਕਰਦੇ ਹੋ, ਕੀ ਗੱਲ ਕਰ ਪੈਣੇ ਵੀਰੇ? ਇਹ ਵੀ ਤਾਂ ਫਿਕਰ ਆ ਹੁਣ ਤੁਹਾਨੂੰ ਤੇਰੇ ਵਿਆਹ ਦੀ। ਬਸ ਵੀਰੇ ਤੁਹਾਨੂੰ ਮੇਰੇ ਵਿਆਹ ਦੀ ਫਿਕਰ, ਮੈਨੂੰ ਹੋਰ ਹੀ ਟੈਨਸ਼ਨਾਂ ਨਹੀਂ ਮੁੱਕਦੀਆਂ ਹੈਗੀਆਂ, ਪਤਾ ਸਕੂਲ 'ਚ ਬਾਪੂ ਕਿੰਨਾ ਕੰਮ ਸੀਗਾ, ਬਸ ਹੋ ਜਾਂਦੀ ਆ। ਬਸ ਤਾਂ ਆਪੀ ਹੋਣੀ ਹੈਗੀ, ਤੈਨੂੰ ਪਤਾ ਹੀ ਆ ਆਪੂ ਸਰਕਾਰੀ ਨੌਕਰੀ ਕਰਨੀ ਕਿਹੜਾ ਸੌਖੀ। ਚਾਹ ਕਰ, ਚਾਹ ਬਣਾ ਕੇ ਲੈ ਕੇ ਤੈਨੂੰ, ਆਪਾਂ ਸਾਰੇ ਪੀ ਲਾਂਗੇ ਚਾਹ। ਉੱਥੇ ਕਿੰਨੇ ਨਿਆਣੇ ਹੁੰਦੇ ਆ, ਨਾਲੇ ਤੈਨੂੰ ਪਤਾ ਨਿਆਣੇ ਕਿੰਨੇ ਸ਼ਰਾਰਤੀ ਅੱਜ ਕੱਲ੍ਹ, ਟਿੱਕੇ ਬਹਿਣ ਵਾਲੇ ਆ ਕਿਤੇ ਅੱਜ ਕੱਲ੍ਹ ਦੀ ਜਿਹੜੇ ਜਵਾਕ ਆ ਗਏ। ਹੋਰ ਕੀ ਆ ਬਾਪੂ, ਜਵਾਕ ਤਾਂ ਹਟਦੇ ਨੀ, ਚੁੰਗਲੀਆਂ ਵੱਢੀ ਜਾਣਗੇ ਇੱਕ ਦੂਜੇ ਦੇ ਬੈਠੇ, ਬਹੁਤ ਸ਼ਰਾਰਤੀ ਪੁੱਤ, ਤਾਂ ਪੜਦੇ ਨੇ ਚੱਜ ਨਾਲ, ਦਿਮਾਗ ਖਰਾਬ ਹੋ ਜਾਂਦਾ। ਉਹ ਤੂੰ ਕੁਝ ਫੈਸਲਾ ਲੈ ਲੈਂਦੀ ਕੋਈ? ਕਾਹਦਾ ਬਾਪੂ? ਉਹ ਬੰਟੀ ਕਹਿੰਦਾ ਸੀ ਵਕੀਲ ਗੱਲ ਕਰ ਰਿਹਾ ਸੀਗਾ। ਬਾਪੂ ਮੈਂ ਤੁਹਾਨੂੰ ਇੱਕ ਵਾਰੀ, ਤੁਹਾਨੂੰ ਮੈਂ ਕਿੰਨੀ ਵਾਰੀ ਸਮਝਾ ਚੁੱਕੀ ਹਾਂ, ਤੁਹਾਨੂੰ ਮੈਂ ਬੋਝ ਲੱਗ ਰਹੀ ਹਾਂ ਤਾਂ ਮੈਨੂੰ ਉਹ ਗੱਲ ਦੱਸ ਦੋ। ਉਹ ਬੋਝ ਵਾਲੀ ਗੱਲ ਨਹੀਂ ਪੁੱਤ, ਕਿਉਂ ਉਹਨੂੰ ਫਿਕਰ ਹੁੰਦੀ ਹੈਗਾ ਪੁੱਤ ਧੀਆਂ ਦਾ, ਕਿੰਨਾ ਚਿਰ ਤੈਨੂੰ ਘਰੇ ਬਾਉਂਗਾ। ਕਿਉਂ ਬਾਪੂ, ਘਰੇ ਬਿਠਾਉਣ ਨੂੰ ਕੀ ਹੋ ਗਿਆ? ਭਾਵੇਂ ਪੁੱਤ ਤੇਰਾ ਘਰ ਆ ਗਿਆ, ਕੁੜੀਆਂ ਤਾਂ ਆਪਦੇ ਘਰੇ ਸੋਹਣੀ ਲੱਗਦੀ ਸੀ। ਬਾਪੂ ਗਈ ਸੀ ਨਾ, ਤੁਸੀਂ ਤੋਰਿਆ ਸੀ ਨਾ ਉੱਥੇ, ਉੱਥੋਂ ਵਾਪਸ ਆ ਗਈ ਨਾ, ਫਿਰ ਹੁਣ ਕੀ ਫਾਇਦਾ ਬਾਪੂ ਮੇਰਾ ਨਹੀਂ, ਹੁਣ ਜੀ ਕਰਦਾ ਵਿਆਹ ਵਿਊਹ ਕਰਾਉਣ ਨੂੰ, ਨਾ ਮੈਂ ਇਸ ਚੀਜ਼ ਬਾਰੇ ਕਦੇ ਸੋਚਿਆ। ਹੁਣ ਸਾਰੇ ਨਹੀਂ ਇਹੋ ਜਿਹੇ ਹੁੰਦੇ ਪੁੱਤ, ਹੁਣ ਜੇ ਉਹ ਮਾੜੇ ਨਿਕਲ ਗਏ, ਹੁਣ ਸਾਰੇ ਮਾੜੇ ਥੋੜ੍ਹੀ ਨਿਕਲਦੇ ਹੈਗੇ ਨਾ। ਬਾਪੂ ਮੈਨੂੰ ਇੱਕ ਗੱਲ ਦੱਸ, ਜਿੱਥੇ ਤੂੰ ਮੈਨੂੰ ਹੁਣ ਵਿਆਹ ਕੇ ਤੋਰੇਗਾ, ਤੂੰ ਕਿਹੜਾ ਅਗਲੇ ਦੇ ਵਿੱਚ ਵੜਿਆ ਹੋਏਗਾ ਕਿ ਤੈਨੂੰ ਪਤਾ ਹੋਊਗਾ ਅਗਲਾ ਕਿਹੋ ਜਿਹਾ ਕਿਹੋ ਜਿਹਾ ਨਾ, ਜੇ ਕੱਲ੍ਹ ਨੂੰ ਫਿਰ ਮੇਰੇ ਨਾਲ ਉਹੀ ਕੁਛ ਹੋਇਆ ਫਿਰ ਮੇਰਾ ਤਾਂ ਜਿਉਂਦੇ ਜੀ ਮਰਨ ਹੋ ਜਾਊਗਾ, ਮੈਂ ਕਿੱਥੇ ਜਾਊਂਗੀ ਫਿਰ? ਫਿਰ ਬਾਪੂ ਤੂੰ ਫਿਰ ਪਛਤਾਉਣਾ। ਉਹ ਨਹੀਂ ਪੁੱਤ, ਹੁਣ ਗੌਰ ਨਾਲ ਕਰਾਂਗੇ ਸਾਰਾ, ਉਹਦਾ ਤੱਤ ਭੜੱਤੇ ਹੋ ਗਿਆ ਸਾਰਾ ਕੰਮ,
ਐਂ ਸੀ ਮੁੰਡਾ ਵਧੀਆ ਨੌਕਰੀ ਵਾਲਾ ਸੋਹਣਾ ਸੁਨੱਖਾ ਮੁੰਡਾ ਦੇਖ ਕੇ ਐਂ ਹੋ ਗਿਆ ਵੀ ਇਹੋ ਜਿਹਾ ਮੁੰਡਾ ਨਹੀਂ ਮਿਲਣਾ। ਸਾਨੂੰ ਕੀ ਪਤਾ ਸੀ ਉਹ ਵਿਹਲੜਾ ਸਿਰੇ ਦਾ। ਨਾ ਬਾਪੂ, ਮੈਂ ਤਾਂ ਹੁਣ ਵਿਆਹ ਕਰਾਉਣਾ ਹੀ ਨਹੀਂ, ਮੇਰਾ ਤਾਂ ਮਨ ਬਹੁਤ ਟੁੱਟਿਆ ਪਿਆ, ਨਾ ਹੀ ਮੇਰਾ ਜੀ ਕਰਦਾ ਵਿਆਹ ਕਰਾਉਣ। ਨਹੀਂ ਪੁੱਤ, ਸਿਆਣੇ ਬਣਦੇ ਹੁੰਦੇ ਆ ਜੀ, ਇਹ ਤਾਂ ਕਮਲ ਨਹੀਂ ਕੁੱਟਦੇ ਹੁੰਦੇ, ਇਹ ਤੇਰਾ ਕਮਲ ਹੈਗਾ, ਹੁਣ ਕੱਲ ਨੂੰ ਬੰਟੀ ਦਾ ਨਹੀਂ ਕਰਨਾ। ਉਹੀ ਕਹਿ ਰਹੀ ਹਾਂ ਬਾਪੂ, ਕੱਲ ਨੂੰ ਉਹਦਾ ਵਿਆਹ ਕਰਾਉਣਾ ਬੰਟੀ ਦਾ, ਤੁਸੀਂ ਹੁਣ ਕਰਾ ਦਿਓ, ਪਹਿਲਾਂ ਕਰਾ ਦਿਓ, ਫਿਰ ਕੀ ਆ। ਉਹ ਲੋਕ ਦੇਖਦੇ ਆ ਵੀ ਕੁੜੀ ਘਰੇ ਬੈਠੀ ਹੈਗੀ, ਕਿੰਨਿਆਂ ਕੋਲੇ ਗੱਲ ਛੇੜੀ ਆ, ਅਲਾ ਪਹਿਲਾਂ ਇਹ ਛੇੜਦਾ ਵੀ ਕੁੜੀ ਦਾ ਕੀ ਬਣਿਆ। ਨਾ, ਮੈਂ ਆਪਣੇ ਘਰੇ ਬੈਠੀ ਹਾਂ, ਉਹ ਲੋਕਾਂ ਦੇ ਘਰੇ ਨਹੀਂ ਬੈਠੀ ਹੈਗੀ, ਵੀ ਉਹਨਾਂ ਨੂੰ ਤਕਲੀਫ ਹੋਊਗੀ ਮੇਰੇ ਤੋਂ। ਉਹ ਤਾਂ ਪੁੱਤ ਹੈਗਾ, ਤੂੰ ਤੇਰਾ ਘਰ ਆ ਪੁੱਤ, ਜੁਗ ਜੁਗ ਜੀਓ, ਸਦੀ ਘਰੇ ਰਹੋ, ਪਰ ਪੁੱਤ ਇੱਕ ਸੰਸਾਰ ਦਾ ਸਿਸਟਮ ਆ, ਧੀਆਂ ਆਪਦੇ ਘਰੇ ਸੋਹਣੀਆਂ ਲੱਗਦੀਆਂ, ਧੀਏ ਤੂੰ ਸਿਆਣੀ ਬਣ ਕੇ ਆਪਣਾ ਕੋਈ ਫੈਸਲਾ ਲੈ ਲਾ। ਬਾਪੂ ਕੋਈ ਨਹੀਂ, ਮੈਂ ਸੋਚੂੰਗੀ ਇਹਦੇ ਬਾਰੇ, ਪਰ ਮੈਂ ਤੁਸੀਂ ਮੇਰੇ ਤੋਂ ਬਾਹਲੀ ਉਮੀਦ ਲਾ ਕੇ ਨਾ ਰੱਖਿਓ, ਮੈਂ ਇਸ ਚੀਜ਼ 'ਚ ਫਿਰ ਬਣਨਾ ਨਹੀਂ ਚਾਹੁੰਦੀ ਦੁਬਾਰਾ। ਮੈਂ ਕਿਹਾ ਜੀ ਪਾਲੀ ਸਕੂਲੋਂ ਆ ਗਈ ਹੋਣੀ, ਮਤਲਬ ਟਾਈਮ ਹੋ ਗਿਆ, ਆ ਗਈ ਹੋਣੀ। ਲੈ ਟਾਈਮ ਤਾਂ ਹੋਇਆ ਪਿਆ, ਆ ਗਈ ਹੋਣੀ, ਚੱਲ ਚੱਲੀਏ। ਕੀ ਸੋਚੀ ਜਾਂਦੀ ਹੈਗੀ? ਮੈਨੂੰ ਤਾਂ ਡਰ ਲੱਗੀ ਜਾਂਦਾ ਜੀ, ਕਿਤੇ ਉਹ ਇਹਨਾਂ ਆਪਣੀ ਬੇਇੱਜ਼ਤੀ ਕਰ ਦੇਣ। ਉਹ ਕਾਂਬਲੀਏ, ਤੈਂ ਉਹ ਕਹਾਵਤ ਸੁਣੀ ਆ ਕਿ ਗਾਂ ਵੇਲੇ ਗਦੇ ਨੂੰ ਬਾਪ ਕਹਿਣਾ ਪੈਂਦਾ ਗਾ, ਉਹ ਫਿਰ ਕੀ ਹੋ ਗਿਆ ਜੀ, ਆਪਣੀ ਬੇਇੱਜ਼ਤੀ ਕਰ ਦੇਣਗੇ, ਆਪਣਾ ਫਾਇਦਾ ਵੀ ਦੇਖ ਕਿੱਡਾ ਵੱਡਾ ਹੋਣ ਲੱਗਿਆ। ਚਲੋ ਜੀ ਖੜਕਾਓ ਬਾਹਰ। ਹੋਰ ਹੁਣ ਬਾਈ ਟੈਨਸ਼ਨ ਨਹੀਂ ਕਰੀ ਜਾਂਦੀ, ਮੈਂ ਤੇਰੇ ਨਾਲ ਹੈਗਾ ਗਾ, ਕੋਈ ਚੱਕਰ ਨਹੀਂ, ਦੇਖੀ ਜਿਹੜਾ ਕੁਛ ਬਣੂ, ਪਹਿਲਾਂ ਕਿਹੜਾ ਆਪਣੇ ਝੰਡੇ ਝੋਲਦੇ ਨੇ, ਜੇ ਬੇਇੱਜ਼ਤੀ ਹੁਣ ਉਹਦੀ ਫਿਰ ਕਿੱਡੀ ਗੱਲ ਹੈਗੀ। ਹੈਂ, ਆ ਜਾ। ਚਲੋ ਜੀ। ਪਾਲੀ ਦੇਖੀ ਪੁੱਤ ਕੌਣ ਹੈ, ਗੇੜ ਖੜਕੀ ਜਾਂਦਾ, ਕੋਲ ਦੇਖ ਮਾੜਾ ਜਾ। ਮੈਂ ਦੇਖਦੀ ਹਾਂ। ਕੌਣ ਆ ਗਿਆ ਇਸ ਵਕਤ? ਆ ਗਈ ਆ ਗਈ, ਇੱਕ ਮਿੰਟ, ਕੌਣ ਆ? ਤੁਸੀਂ ਇੱਥੇ ਦੇਖਿਓ ਕਿਤੇ ਭੁੱਲ ਭੁਲੇਖੇ ਤਾਂ ਨਹੀਂ ਆ ਗਏ? ਉਹ ਨਾ ਨਾ ਧੀਏ, ਅਸੀਂ ਭੁੱਲ ਭੁਲੇਖੇ ਨਹੀਂ ਆਏ, ਅਸੀਂ ਤਾਂ ਆਪਣੀ ਧੀ ਨੂੰ ਮਿਲਣ ਆਏ ਆ। ਉਹ ਦੇਖਿਓ ਦੇਖਿਓ, ਕਿਤੇ ਤੁਹਾਡਾ ਆ ਝੂਠ ਸੁਣ ਕੇ ਨਾ ਰੱਬ ਨਾ ਨੀਚੇ ਆ ਜੇ। ਲੈ ਧੀਏ, ਅਸੀਂ ਝੂਠ ਥੋੜੀ ਬੋਲਦੇ ਆ, ਤੂੰ ਇੱਥੇ ਖੜੀ ਗੱਲਾਂ ਕਰਦੇ ਰਹੇਂਗੀ, ਸਾਨੂੰ ਅੰਦਰ ਤਾਂ ਆਣ ਦੇ। ਅੱਛਾ, ਗੱਲ ਕਰਨੀ ਹੈ ਨਾ, ਹੁਣ ਗੱਲ ਕਰਨ ਨੂੰ ਕੀ ਰਹਿ ਗਿਆ? ਉਹ ਰਿਹਾ ਕਿਉਂ ਨੀ ਧੀਏ, ਚੱਲ ਆਪਾਂ ਅੰਦਰ ਬਹਿ ਕੇ ਗੱਲ ਕਰ ਦਿਆਂਗੇ। ਸਾਨੂੰ ਤਾਂ ਐ ਸੀ ਵੀ ਇਹਨਾਂ ਦਾ ਮਸਲਾ ਸੁਲਝ ਜੂ, ਪਰ ਇਹਨਾਂ ਦਾ ਮਸਲਾ ਸੁਲਝਦਾ ਤਾਂ ਵਿਗੜਦਾ ਜਾਂਦਾ ਗਾ, ਤਾਂ ਕਰਕੇ ਅਸੀਂ ਅੱਜ ਆਇਆ। ਅਸੀਂ ਸੁੱਤੇ ਨਹੀਂ ਸੀ, ਅਸੀਂ ਚੁੱਪ ਸੀਗੇ। ਉਹ ਮੰਨਿਆ ਮਾਸੜ ਜੀ, ਤੁਸੀਂ ਤਾਂ ਆ ਗਏ, ਪਰ ਜਿਹਦੇ ਨਾਲ ਸਾਡੀ ਕੁੜੀ ਵਿਆਹ ਕੇ ਤੋਰੀ ਆ, ਉਹ ਸਹਿਜਾਦਾ ਕਿੱਥੇ ਹੈਗਾ? ਮੈਨੂੰ ਨਹੀਂ ਲੱਗਦਾ ਹੈਗਾ ਉਹਦੇ ਸਾਡੀ ਕੁੜੀ ਨੂੰ ਬਚਾਉਣ ਦੇ ਲੱਛਣ ਹੈਗੇ ਨੇਗੇ। ਉਹ ਪੁੱਤ ਸਾਨੂੰ ਉਸੇ ਨੇ ਭੇਜਿਆਗਾ, ਉਹ ਤਾਂ ਆਪ ਆਉਣਾ ਚਾਹੁੰਦਾ ਸੀ, ਪਰ ਆਪਦੀਆਂ ਹਰਕਤਾਂ ਤੋਂ ਉਹ ਇੰਨਾ ਸ਼ਰਮਿੰਦਾ ਹੈ ਨਾ, ਉਹ ਆ ਨਹੀਂ ਸਕਿਆ ਹੈਗਾ, ਤਾਂ ਕਰਕੇ ਪੁੱਤ ਅਸੀਂ ਆਏ ਹਾਂ। ਓਏ ਹੋਰ ਪੁੱਤ, ਗੁਰੀ ਦਾ ਦਿਨ ਰਾਤ ਤੈਨੂੰ ਯਾਦ ਕਰੀ ਜਾਂਦਾ, ਜਿੱਦਾਂ ਦੀ ਛੋਟੇ ਦੀ ਮੰਗਣੀ ਹੋਈ ਹੈਗੀ,
ਪਰ ਉਹ ਕਹਿੰਦਾ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ ਪਾਲੀ ਕੋਲ, ਅਸੀਂ ਤਾਂ ਕਿਹਾ ਸੀ ਵੀ ਪਾਲੀ ਬਥੇਰੀ ਸਿਆਣੀ ਹੈਗੀ, ਮੰਨ ਜੂਗੀ, ਆਜੂ ਤੇਰੇ ਨਾਲ। ਛੋਟੇ ਦੀ ਮੰਗਣੀ ਇਹ ਕਦੋਂ ਹੋਈ? ਬਸ ਧੀਏ, ਉਹਦਾ ਤਾਂ ਚੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਹੋ ਗਿਆ ਤੇ ਅੱਜ ਵਿਆਹ ਹੈ ਉਹਦਾ। ਗੁਰੂ ਜੀ ਕਹਿੰਦਾ ਕਹਿੰਦਾ ਜਦੋਂ ਤੱਕ ਪਾਲੀ ਨਹੀਂ ਆਉਂਦੀ ਮੈਂ ਉਦੋਂ ਤੱਕ ਵਿਆਹ 'ਚ ਸ਼ਾਮਿਲ ਨਹੀਂ ਹੋਣਾ। ਓਏ ਹੋਰ ਧੀਏ, ਵੱਡਾ ਤਾਂ ਵੱਡਾ, ਛੋਟਾ ਵੀ ਇਹੀ ਗੱਲ ਦੀ ਰੱਖ ਲਈ ਬੈਠਾ ਵੀ ਜਿੰਨਾ ਚਿਕਰ ਮੇਰੀ ਭਾਬੀ ਨਹੀਂ ਆਉਂਦੀ ਨਾ ਉਨਾ ਚਿਕਰ ਮੈਂ ਸਾਗਨ 'ਤੇ ਨਹੀਂ ਬਹਿੰਦਾ। ਮੈਂ ਤਾਂ ਇਹ ਕਹਿਣਾ ਕਿ ਤੂੰ ਸਾਰੇ ਗੁੱਸੇ ਗਿਲਾ ਛੱਡ ਤੇ ਸਾਡੇ ਨਾਲ ਚੱਲ। ਉਹ ਬਸ ਕਰੋ ਬਸ ਕਰੋ ਨਾ, ਤੁਸੀਂ ਦੋਨਾਂ ਨੇ ਮੈਨੂੰ ਪਾਗਲ ਸਮਝ ਰੱਖਿਆ ਵੀ ਜਿਵੇਂ ਤੁਸੀਂ ਕਹੋਗੇ ਤੇ ਮੈਂ ਉਵੇਂ ਮੰਨ ਜੂਗੀ। ਨਾਲੇ ਇਹ ਗੱਲ ਵੀ ਹੈ ਨਾ, ਤੁਹਾਨੂੰ ਉਹ ਛੋਟੇ ਦੇ ਸਹੁਰੇ ਵਾਲਿਆਂ ਨੇ ਕਿਹਾ ਹੋਣਾ ਵੀ ਜੇ ਵੱਡੀ ਨੂੰ ਉਹਦੇ ਵਿਆਹ 'ਚ ਨਾ ਹੋਈ ਤਾਂ ਤੁਹਾਡੀ ਬੇਇੱਜ਼ਤੀ ਹੋਊਗੀ, ਨਹੀਂ ਤੁਹਾਡਾ ਬਸ ਚੱਲੇ ਨਾ ਜਿੱਥੇ ਤੁਸੀਂ ਉਹਦੀ ਮੰਗਣੀ ਕਰਾ ਲਈ ਉੱਥੇ ਤੁਸੀਂ ਵਿਆਹ ਵੀ ਕਰਾ ਲਵੋ। ਜ਼ਿਆਦਾ ਮੇਰੇ ਕੋਲ ਬਹਾਨੇ ਲਾਉਣ ਦੀ ਲੋੜ ਨਹੀਂ ਹੈਗੀ ਵੀ ਮੈਨੂੰ ਲੈਣ ਆ ਗਏ ਤੁਸੀਂ। ਲੈ ਧੀਏ, ਤੈਨੂੰ ਦੱਸਿਆ ਤਾਂ ਹੈਗਾ ਉਹਦੀ ਮੰਗਣੀ ਕਿੱਥੋਂ ਹੋਈ ਹੈ, ਉਹ ਤਾਂ ਚੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਹੋਇਆ। ਧੀਏ ਤੂੰ ਇੱਕ ਵਾਰ ਗੁਰੀ ਨੂੰ ਮਾਫ਼ ਕਰ ਦੇ ਤੇ ਸਾਡੇ ਨਾਲ ਵਗ ਚੱਲ। ਆ ਜੋੜੇ ਤੁਹਾਡੇ ਮੂਹਰੇ ਹੱਥ, ਨਾ ਮੈਂ ਤੁਹਾਡੇ ਨਾਲ ਜਾਵਾਂ ਅੱਜ ਤੇ ਨਾ ਜਾਵਾਂ ਕੱਲ, ਤੇ ਹੁਣ ਤਾਂ ਤਲਾਕ ਹੀ ਹੋਊਗਾ। ਜਿੰਨੇ ਪੈਸੇ ਮੇਰੇ ਪਿਓ ਦੇ ਵਿਆਹ ਤੇ ਲਾਏ ਸੀ ਨਾ ਸਣੇ ਵਿਆਜ ਦੇ, ਤੁਹਾਡੇ ਤੋਂ ਜੇ ਵਾਪਸ ਨਾ ਲਏ ਤਾਂ ਮੈਨੂੰ ਮੇਰੇ ਪਿਓ ਦੀ ਧੀ ਨਾ ਆਖਿਓ ਤੁਸੀਂ, ਆਏ ਵੱਡੇ ਮੈਨੂੰ ਲੈ ਕੇ ਜਾਣ ਵਾਲੇ। ਹੁਣ ਮੂੰਹ ਕੰਨੀ ਕੀ ਝਾਕੀ ਜਾਂਦੇ ਹੋ ਬੈਠੇ, ਉਹ ਰਿਹਾ ਗੇਟ ਤੇ ਤੁਰਦੇ ਬਣੋ ਇੱਥੋਂ। ਵੀਰੇ ਇਹਨਾਂ ਨੂੰ ਭੇਜ ਕੇ ਨਾ ਦੋਨਾਂ ਨੂੰ ਤੇ ਫਿਰ ਮੈਨੂੰ ਬਾਹਰ ਬੁਲਾ ਲਿਓ, ਨਾਲੇ ਵਕੀਲ ਦਾ ਫੋਨ ਆਇਆ ਸੀ ਆਪਾਂ ਉਹਨੂੰ ਮਿਲਣ ਜਾਣਾ। ਭਾਈ ਸਾਹਿਬ ਆ ਸਮਝਾ ਲਓ ਮਾੜਾ ਮੋਟਾ ਆਪਦੀ ਧੀ ਨੂੰ, ਆ ਵੇਖ ਲਓ ਤੁਹਾਡੇ ਸਾਹਮਣੇ ਕਿਵੇਂ ਬੇਇੱਜ਼ਤੀ ਕਰਕੇ ਗਈ ਹੈ ਸਾਡੀ। ਨਾ ਭੈਣ ਜੀ, ਤੁਹਾਨੂੰ ਆਪਣੀ ਬੇਇੱਜ਼ਤੀ ਦਾ ਪਤਾ ਲੱਗ ਗਿਆ, ਜਿਹੜੀ ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਕੀਤੀ ਆ ਉਹਦਾ ਕੀ, ਉਹਦੀ ਬੇਇੱਜ਼ਤੀ ਕੀਤੀ ਆ। ਨਾਲੇ ਗੱਲ ਸੁਣੋ ਜੀ ਮੇਰੀ, ਤੁਹਾਡਾ ਮੁੰਡਾ ਤਾਂ ਗਲਤੀਆਂ ਤੇ ਗਲਤੀਆਂ ਕਰੀ ਜਾਂਦਾ, ਝੂਠ ਉਹ ਬੋਲਦਾ, ਕੰਮ ਉਹ ਨਹੀਂ ਕਰਦਾ ਹੈਗਾ, ਸਹੇਲੀ ਉਹਨੇ ਅੱਡ ਬਣਾ ਰੱਖੀ ਹੈਗੀ, ਤਾਂ ਸਾਡੀ ਕੁੜੀ ਦੀ ਨੌਕਰਾਣੀ ਰੱਖੀ ਹੋਈ ਆ ਉਹਨੇ, ਨਾਲੇ ਤਾਂ ਹੁਣ ਨੌਕਰੀ ਕਰੇ, ਨਾਲੇ ਉਹ ਵਿਚਾਰੀ ਘਰ ਦੇ ਸਾਰੇ ਕੰਮ ਕਰੇ, ਨਾਲੇ ਤੁਹਾਡੀਆਂ ਗੱਲਾਂ ਸੁਣੇ, ਕਿਉਂ ਬਾਈ? ਭਾਈ ਸਾਹਿਬ ਜੀ, ਮੁੰਡਾ ਸਾਡਾ ਸੱਚ ਬੋਲਦਾ, ਸਾਡੀ ਕੁੜੀ ਤੁਹਾਡੇ ਮੁੰਡੇ ਨਾਲ ਵਿਆਹ ਹੀ ਆ, ਉਹ ਡੋਬੀ ਨਹੀਂ। ਇਹ ਵਿਆਹ ਵੀ ਗੁੱਡਾ ਗੁੱਡੀ ਦਾ ਖੇਡ ਨਹੀਂ ਹੈਗਾ, ਜਦੋਂ ਜੀ ਕਰਿਆ ਖੇਡ ਲਿਆ ਤੇ ਜਦੋਂ ਜੀ ਕਰਿਆ ਛੱਡ ਤਾ। ਵੇਖੋ ਭਾਈ ਸਾਹਿਬ, ਉਹ ਪੁਰਾਣੀਆਂ ਗੱਲਾਂ ਨੇ, ਉਹਨਾਂ ਨੂੰ ਛੱਡੋ, ਤੁਸੀਂ ਤਾਂ ਆਪ ਸਮਝਦਾਰ ਹੋ, ਅੱਗੇ ਤੋਂ ਕਦੇ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਆਊਗਾ ਤੁਹਾਨੂੰ, ਇੱਕ ਵਾਰੀ ਧੀ ਨੂੰ ਤੋੜ ਦਿਓ। ਉਹ ਨਾਲੇ ਭਾਈ ਸਾਹਿਬ, ਜਿੱਥੇ ਦੋ ਭਾਂਡੇ ਹੁੰਦੇ ਨੇ ਉਹ ਤਾਂ ਖੜਕਦੇ ਨੇ। ਦੇਖੋ ਭਾਈ ਸਾਹਿਬ, ਚੰਗੇ ਘਰ ਦੀਆਂ ਨੂੰਹਾਂ ਤੇ ਹਾਂ ਕੋਰਟ ਕਚਹਿਰੀ ਜਾਂਦੀ ਸੋਹਣੀ ਨਹੀਂ ਲੱਗਦੀਆਂ, ਤੁਸੀਂ ਮੇਰੇ ਕਹੇ ਤੋਂ ਇੱਕ ਵਾਰ ਪਾਲੀ ਨੂੰ ਸਾਡੇ ਨਾਲ ਤੋੜ ਦਿਓ, ਅੱਗੇ ਤੋਂ ਕਦੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੋਊਗੀ, ਮੈਂ ਜ਼ਿੰਮੇਦਾਰ ਹਾਂ। ਉਹ ਨਾਲੇ ਭਾਈ ਸਾਹਿਬ, ਜੇ ਪਾਲੀ ਦੀ ਕਦਰ ਅਸੀਂ ਘਰੇ ਆਪਦੇ ਨਾ ਕਰਦੇ ਹੁੰਦੇ ਤਾਂ ਉਹਨੂੰ ਇੱਥੇ ਕਿਉਂ ਲੈਣ ਆਉਂਦੇ? ਅਸੀਂ ਛੋਟੇ ਨੂੰ ਐਂ ਵਿਆਹ ਲੈਂਦੇ? ਸਾਡਾ ਮਨ ਨਹੀਂ ਮੰਨਿਆ, ਕਿਉਂਕਿ ਸਾਡਾ ਪਾਲੀ ਨਾਲ ਮੋਹ ਹੀ ਇੰਨਾ ਗਾ, ਇਸ ਕਰਕੇ ਅਸੀਂ ਹੱਥ ਬੰਨਦੇ ਹਾਂ। ਸਰਦਾਰ ਜੀ, ਸਾਡੇ ਨਾਲ ਆਪਣੀ ਧੀ ਤੋਰ ਦਿਓ, ਸਾਨੂੰ ਇੱਕ ਮੌਕਾ ਦਿਓ। ਇੱਕ ਮਿੰਟ ਦੁਬਾਰਾ ਲੱਗ ਰਹੀ ਹੈ।
ਬਾਈ ਪਿੰਡਾਂ ਦਾ ਯਾਰ ਨੈਟਵਰਕ ਇਸ਼ੂ ਆ, ਮੈਂ ਬਾਰੇ ਜਾ ਕੇ ਗੱਲ ਕਰਨਾ। ਦੇਖ ਲਾ ਕੋਈ ਉਹ ਕੋਈ ਗੱਲ ਨਹੀਂ ਬਾਈ, ਆ ਜਾਣਗੇ। ਪਿੰਡ ਵੀ ਤਾਂ ਕਿੰਨੀ ਦੂਰ ਹੈ, ਆਉਣ ਜਾਣ 'ਚ ਟਾਈਮ ਲੱਗ ਜਾਂਦਾ। ਤੁਸੀਂ ਐਂ ਕਰੋ, ਖਾਓ ਪੀਓ। ਜੱਸੀ ਭੈਣੇ ਖਾ ਨਮਕੀਨ। ਨਹੀਂ ਨਹੀਂ ਵੀਰ ਜੀ, ਮੈਂ ਨਹੀਂ ਖਾਣਾ, ਤੁਸੀਂ ਖਾ ਲਓ। ਮੈਨੂੰ ਤਾਂ ਪਹਿਲੀ ਹੀ ਪਤਾ ਸੀ ਵੀ ਮੇਰੀ ਧੀ ਬਥੇਰੀ ਸਿਆਣੀ ਆ, ਆਪਾਂ ਨੂੰ ਐ ਜਵਾਬ ਨਹੀਂ ਦਿੰਦੀ। ਗੱਲ ਸੁਣ ਲਓ ਮੇਰੀ, ਤੁਸੀਂ ਤੁਹਾਨੂੰ ਇਹ ਲਾਸਟ ਮੌਕਾ ਮਿਲਿਆ ਹੋਇਆ, ਜੇ ਇਹ ਵੀ ਤੁਸੀਂ ਖੋ ਬੈਠੇ ਨਾ, ਮੁੜ ਕੇ ਮੇਰੇ ਤੋਂ ਕੋਈ ਉਮੀਦ ਨਾ ਰੱਖਿਓ। ਕੋਈ ਗੱਲ ਨਹੀਂ ਧੀਏ, ਇੱਕ ਮੌਕਾ ਇਹਨਾਂ ਨੂੰ ਹੋਰ ਦੇ ਦੇ, ਜੇ ਤੈਨੂੰ ਤੰਗ ਪਰੇਸ਼ਾਨ ਕਰਨਗੇ। ਧੀਏ ਤੇਰਾ ਆਪਣਾ ਘਰ ਹੈ, ਜਦੋਂ ਮਰਜ਼ੀ ਆ ਜੀ। ਓਏ ਸਰਦਾਰ ਸਾਹਿਬ, ਅਸੀਂ ਤੁਹਾਨੂੰ ਇਹ ਨੌਬਤ ਹੀ ਨਹੀਂ ਦਿੰਦੇ, ਹੁਣ ਇਹ ਮੌਕਾ ਦਿੰਦੇ ਹੈਗੇ ਤੁਹਾਨੂੰ। ਬਸ ਇੱਕ ਵਾਰੀ ਕੁੜੀ ਨੂੰ ਸਾਡੇ ਨਾਲ ਤੋਰੋ, ਫਿਰ ਦੇਖਿਓ ਅਸੀਂ ਫੁੱਲਾਂ ਵਾਂਗੂ ਰੱਖਾਂਗੇ ਇਹਨੂੰ। ਚੱਲ ਧੀਏ ਚੱਲ, ਸੋਚੀ ਕੀ ਜਾਂਦੀ ਆ, ਲੇਟ ਹੋਈ ਜਾਂਦੇ, ਆਪਾਂ ਨੂੰ ਉਡੀਕਦੇ ਹੋਣੇ ਆ। ਠੀਕ ਆ, ਸਤਿ ਸ਼੍ਰੀ ਅਕਾਲ। ਵੈਲਕਮ ਬੈਕ ਭਾਬੀ, ਮੈਨੂੰ ਬਹੁਤ ਖੁਸ਼ੀ ਹੋਈ ਜਿਹੜਾ ਤੁਸੀਂ ਵਾਪਸ ਆ ਗਏ। ਉਹ ਮੈਨੂੰ ਤਾਂ ਉਮੀਦ ਹੀ ਨਹੀਂ ਸੀ ਵੀ ਇਹ ਆ ਜੂਗੀ, ਪਰ ਬਾਪੂ ਤੇ ਬੇਬੇ ਲਈ ਆਏ ਉਹਨੂੰ। ਚੱਲ ਵਧੀਆ ਹੋਇਆ। ਉਹ ਆਉਂਦੀ ਕਿਉਂ ਨਾ, ਉਹਦਾ ਆਉਣਾ ਬਣਦਾ ਸੀ ਕਿਉਂਕਿ ਉਹਦੇ ਲਾਡਲੇ ਦੌਰ ਪਟਵਾਰੀ ਦਾ ਵਿਆਹ ਹੈ। ਪਟਵਾਰੀ ਨਾ ਜੱਸੇ, ਤੂੰ ਕਦੋਂ ਪਟਵਾਰੀ ਲੱਗ ਗਿਆ? ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਤੁਹਾਡੇ? ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ, ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਵੀਡੀਓ ਨੂੰ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਇਸ ਵੀਡੀਓ ਦੇ ਬਹੁਤ ਘੈਂਟ ਐਪੀਸੋਡ ਚੱਲ ਰਹੇ ਨੇ, ਇਹ ਅੱਗੇ ਵੀ ਇੱਦਾਂ ਕੰਟੀਨਿਊ ਚੱਲਣਗੇ। ਹੁਣ ਬੋਲਾਂਗੇ ਆਪਾਂ ਪਹਿਲੇ 15 ਕਮੈਂਟ ਜਿਹੜੇ ਤੁਸੀਂ ਪਿਛਲੀ ਵੀਡੀਓ ਵਿੱਚ ਕੀਤੇ ਸੀਗੇ। ਹਾਂਜੀ, ਸੰਦੀਪ ਅੰਗੂ, ਮਨਪ੍ਰੀਤ ਚਟਾਣਾ, ਸੰਦੀਪ ਕੌਰ, ਕਮਲਜੀਤ, ਸੁੱਖਾ ਦਰਸ਼ਨ, ਪ੍ਰਿੰਕਾ ਰਾਣੀ, ਲਕਸ਼ਦੀਪ ਸ਼ਰਮਾ, ਸੁਖਵਿੰਦਰ ਗਿੱਲ, ਸੁਮਨਪ੍ਰੀਤ ਕੌਰ ਪੁਰੀ,
ਗੁਰਜੋਤ ਕੌਰ, ਮਨੂ ਭੱਟੀ, ਪ੍ਰਭ ਸਿੱਧੂ, ਧੀਮਾਨ ਸਾਹਿਬ, ਕਮਲਜੀਤ ਗਰੇਵਾਲ, ਇਹਨੇ ਪਹਿਲੇ 15 ਕਮੈਂਟ, ਤੁਸੀਂ ਵੀ ਇਸ ਵੀਡੀਓ ਵਿੱਚ ਪਹਿਲੇ 15 ਕਮੈਂਟ ਕਰੋ ਤਾਂ ਕਿ ਆਪਾਂ ਅਗਲੀ ਵੀਡੀਓ 'ਚ ਤੁਹਾਡੇ ਕਮੈਂਟ ਬੋਲੀਏ। ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਜਿਹੜੇ ਚੈਨਲ 'ਤੇ ਨਵੇਂ ਨੇ ਉਸ ਚੈਨਲ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਤੁਹਾਡੇ ਕੋਲ ਹਰ ਨਵੀਂ ਵੀਡੀਓ ਦੀ ਅਪਡੇਟ ਜਲਦੀ ਪਹੁੰਚਿਆ ਕਰੇ। ਮਿਲਦੇ ਹੀ ਆਪਾਂ ਅਗਲੀ ਵੀਡੀਓ ਨਾਲ। ਥੈਂਕ ਯੂ, ਬਾਏ ਬਾਏ। ਉਹਦਾ ਦਿਨ ਰਾਤ ਤੈਨੂੰ ਯਾਦ ਕਰੀ ਜਾਂਦਾ ਗੁਰੀ ਆਪਣਾ। ਗੁਰੀ ਦੁਬਾਰੇ ਚੱਲ। ਵੈਲਕਮ ਬੈਕ ਭਾਬੀ ਮੈਨੂੰ। ਉਹ ਭਾਬੀ ਨੇ ਕਿਉਂ ਨੀ ਆਉਣਾ ਸੀ? ਆਉਣਾ ਹੀ ਸੀ ਕਿਉਂਕਿ ਉਹਦੇ ਲਾੜਲੇ ਪਟਵਾਰੀ ਦਾ ਵਿਆਹ ਹੈ। ਪਟਵਾਰੀ ਪਟਵਾਰੀ ਚੰਗਾ ਥੋੜੀ ਲੱਗਦਾ। ਮਾਸੀ ਤੁਸੀਂ ਆਪਣੀ ਵੱਡੀ ਨੂੰ ਬੁਲਾਓ, ਖੜ ਜਾ।